ਅਸਲਾਮੁਅਲੈਕ ਮੈਂ ਰਿਸਪੈਕਟਡ ਈਵਰਸ ਐ ਜਿਹੜੀ ਮੌਜੂਦਾ ਸੂਰਤਿ ਹਾਲ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਤੋਸ਼ਾਹਾਨਾ ਦੇ ਵਿੱਚੋਂ ਇਨਾ ਅਮੀਰਾਂ ਲੋਕਾਂ ਨੇ ਜਿਸ ਤਰ੍ਹਾਂ ਚੀਜ਼ਾਂ ਉਥੋਂ ਚੁੱਕੀਆਂ ਨੇ ਔਰ ਘਰ ਲੈ ਗਏ ਨੇ ਥੋੜੇ ਜੇ ਪੈਸੇ ਦੇ ਕੇ ਤੇ ਇਸ ਵਾਕਿਆ ਤੋਂ ਬਾਅਦ ਨਾ ਮੇਰੇ ਜ਼ਿਹਨ ਦੇ ਵਿੱਚ ਇੱਕ ਛੋਟਾ ਜਿਹਾ ਤੇ ਬੜਾ ਪਿਆਰਾ ਜਿਹਾ ਖਿਆਲ ਆਇਆ ਹੈ ਉਹ ਖਿਆਲ ਇਹ ਵੇ ਕਿ ਜਿਹੜੀਆਂ ਭੁੱਖਾਂ ਅਸੀਂ ਬਾਹਰੋਂ ਚੀਜ਼ਾਂ ਖਾ ਕੇ ਜਾਂ ਚੀਜ਼ਾਂ ਲੈ ਕੇ ਮਾਰਨ ਦੀ ਕੋਸ਼ਿਸ਼ ਕਰਨੇ ਆ ਉਹ ਭੁੱਖਾਂ ਕਦੇ ਜ਼ਿੰਦਗੀ ਦੇ ਵਿੱਚ ਮਰੀਆਂ ਨਹੀਂ ਇਨਸਾਨ ਦੀਆਂ ਇਨਸਾਨ ਦੀ ਭੁੱਖ ਸਿਰਫ ਔਰ ਸਿਰਫ ਉਦੋਂ ਮਰਦੀ ਏ ਜਦੋਂ ਉਹ ਅੰਦਰੋਂ ਰਜਦਾ ਤੇ ਅੰਦਰੋਂ ਰੱਜਿਆ ਹੋਇਆ ਇਨਸਾਨ ਭਾਵੇਂ ਗਰੀਬ ਵੀ ਹੋਵੇ ਉਹ ਕਿਸੇ ਬਾਰ ਦੀ ਚੀਜ਼ ਨੂੰ ਵੇਖ ਕੇ ਤੇ ਇਨਸਪਾਇਰ ਵੀ ਨਹੀਂ ਹੁੰਦਾ ਤੇ ਉਹਦਾ ਦਿਲ ਵੀ ਥੋੜਾ ਨਹੀਂ ਹੁੰਦਾ ਕਿ ਇਹ ਮੇਰੇ ਕੋਲ ਕੋਈ ਨਹੀਂ ਤੇ ਮੇਰਾ ਕੀ ਹਾਲ ਹੈ ਉਹਦਾ ਕਿਉਂਕਿ ਉਹ ਅੰਦਰੋਂ ਰੱਜੇ ਹੁੰਦਾ ਹੈ ਤੇ ਜਿਹੜੇ ਇਹ ਮੀਰ ਜਿਹੜੇ ਅਸੀਂ ਸਮਝਨੇ ਆ ਇਹ ਬੇਸਿਕਲੀ ਤੇ ਅੰਦਰੋਂ ਭੁੱਖੇ ਨੇ ਇਹਨਾਂ ਨੂੰ ਪੂਰੀ ਦੁਨੀਆ ਦਾ ਸੋਨਾ ਇਹਨਾਂ ਦੀਆਂ ਤਜੋਰੀਆਂ ਵਿੱਚ ਭਰ ਸੜੋ ਪੂਰੇ ਸਮੁੰਦਰਾਂ ਦਾ ਪਾਣੀ ਇਹਨਾਂ ਦੇ ਢਿੱਡਾਂ ਵਿੱਚ ਭਰ ਸੜੋ ਪੂਰਾ ਗੋਸ਼ ਜਿਹੜਾ ਇਹਨਾਂ ਰੋਸਟ ਕਰਕੇ ਇਸ ਦੁਨੀਆ ਦਾ ਇਹਨਾਂ ਦੇ ਢਿੱਡਾਂ ਦੇ ਵਿੱਚ ਪਰ ਸੜੋ ਫੇਰ ਬਾਹਰ ਵਿਖਣਦੇ ਆਖਣਦੇ ਫਰਾਨੇ ਮੁਲਕ ਦੇ ਵਿੱਚ ਤਰੇ ਕੋ ਤੋੜੇ ਸੋਨਾ ਜਿਹੜਾ ਨਾ ਉਹ ਨਹੀਂ ਆਇਆ ਕਦੇ ਉਹ ਆ ਜਾਂਦਾ ਨਾ ਲਿਆਜ਼ਾ ਭੁੱਖਾਂ ਮਰਦਿਆਂ ਨੇ ਅੰਦਰੋਂ ਜਿਹੜਾ ਅੰਦਰੋਂ ਰਜੇ ਹੈ ਉਹ ਹੀ ਬਾਦਸ਼ਾਹ ਜੇ ਇਹ ਇਨਾਂ ਨੂੰ ਨਾ ਵੇਖੋ ਐ ਸਿਆਸੀ ਲੀਡਰਾਂ ਨੂੰ ਇਨਾਂ ਤੋਸ਼ਾਹਾਨੇ ਤੋਂ ਬਾਅਦ ਇਹ ਲੈਸਨ ਦੱਸ ਛੜਿਆ ਕਿ ਭੁੱਖਾਂ ਚੀਜ਼ਾਂ ਅਸਲ ਕਰਨ ਦੇ ਨਾਲ ਜਾਇਜ਼ ਜਾਂ ਨਾਜਾਇਜ਼ ਕਦੇ ਵੀ ਨਹੀਂ ਮਰਦੀਆਂ